ਉਹ ਦੋਸ਼ ਲਾਉਣ ਲੈ ਗਈ ਤੇ ਤੂੰ ਏਦਾਂ ਕੁਝ ਕੀਤਾ। ਮੈਂ ਘਰ ਵਾਲੀ ਆਪਣੇ ਘਰ ਵਾਲੇ ਨਾਲ ਤਾਂ ਕਰ ਸਕਦੀ ਹਾਂ, ਮੈਂ ਕੋਲ ਕੋਲ ਜੋਗਣ ਨਹੀਂ ਹੋਊਗੀ ਕੋਈ ਏਦਾਂ ਕਿਸੇ ਦਾ ਕੰਮ ਕਰੂਗੀ। ਰਾਤ ਨੂੰ ਸਬਜ਼ੀ ਸੁਬਜ਼ੀ ਬਣਾਈ ਆ ਮੀਟ, ਹਾਂਜੀ, ਉਹਦੇ ਵਿੱਚ ਕੋਈ ਜ਼ਹਿਰੀਲੀ ਚੀਜ਼ ਮਿਲਾਵਟ ਹੋਈ ਆ, ਇਹ ਨਹੀਂ ਪਤਾ ਹੋਈ ਆ ਜਾਂ ਪਾਈ ਗਈ ਆ, ਇਹੀ ਤਬਦੀਲ ਹੋਣੀ ਚਾਹੀਦੀ ਆ। ਮੈਨੂੰ ਜਿੱਥੋਂ ਮੇਰਾ ਘਰ ਵਾਲਾ ਸੀ ਨਾ ਜਿਹੜਾ, ਮੈਨੂੰ ਜ਼ਿਆਦਾਤਰ ਕਿ ਉਹ ਆਪਣਾ ਆਪ ਖੁਦ ਹੀ ਇੱਦਾਂ ਕਰ ਗਿਆ, ਪਤਾ ਨਹੀਂ ਕਿਹੜੀ ਗੱਲਾਂ, ਕਿਉਂਕਿ ਉਹ ਦੁਪਹਿਰ ਜਦੋਂ ਮੈਂ ਕੋਠੇ 'ਤੇ ਗਈ ਹਾਂ ਨਾ ਥੱਲੇ ਕੰਮ ਕਰਕੇ, ਕੁੜਤਾ ਸਿਰ ਫੜ ਕੇ ਬੈਠਾ ਹੈ ਅਤੇ ਮੈਨੂੰ ਜਿਹੜਾ ਕੰਮ ਜਿੱਦਾਂ ਪਤੀ ਪਤਨੀ ਦੇ ਵਿੱਚ ਹੁੰਦੇ ਆ, ਮੈਨੂੰ ਉਹਨੇ ਉਹ ਗੱਲ ਕਹੀ, ਮੈਂ ਕਿਹਾ ਕੋਈ ਗੱਲ ਨਹੀਂ ਫਿਰ ਕੀ ਆ ਵੀ, ਜੇ ਤੁਸੀਂ ਦਿਨੇ ਤਾਂ ਦਿਨੇ ਸਹੀ। ਉਹ ਭਾਈ ਮੇਰਾ ਭਰਾ ਹੈ ਛੋਟਾ। ਕੀ ਨਾਂ? ਕੀ ਉਹਨਾਂ ਦਾ? ਗੁਰਬਾਸ ਸਿੰਘ। ਫਿਰ ਤੁਹਾਡੇ ਡੈਡੀ ਦੀ ਡੈਥ ਹੋਈ ਆ? ਹਾਂਜੀ, ਉਹਦੀ ਡੈਥ ਹੋਈ ਅੱਜ ਹੁਣ। ਅੱਜ ਹੀ ਡੈਥ ਹੋਈ? ਹਾਂ, ਸਵੇਰੇ ਹੋਈ। ਅਤੇ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਤੁਸੀਂ? ਅਸੀਂ ਇਹੋ ਮੰਗ ਕਰਦੇ ਵੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਅਤੇ ਜਿਹਨੇ ਮਿਲਾਵਟ ਕੀਤੀ ਆ ਉਹਨੂੰ ਸਜ਼ਾ ਮਿਲਣੀ ਚਾਹੀਦੀ ਆ। ਉਹ ਦੋਸ਼ ਲਾਉਣ ਲੈ ਗਈ ਤੇ ਤੂੰ ਏਦਾਂ ਕੁਝ ਕੀਤਾ, ਮੈਂ ਘਰ ਵਾਲੀ ਆਪਣੇ ਘਰ ਵਾਲੇ ਨਾਲ ਤਾਂ ਕਰ ਸਕਦੀ ਹਾਂ, ਮੈਂ ਕੋਲ ਕੋਲ ਜੋਗਣ ਨਹੀਂ ਹੋਊਗੀ ਕੋਈ ਏਦਾਂ ਕਿਸੇ ਦਾ ਕੰਮ ਕਰੂਗੀ। ਨਹੀਂ, ਤੁਹਾਨੂੰ ਤੁਹਾਨੂੰ ਸ਼ੱਕ ਆ ਉੱਥੇ ਕਿ ਉਹ ਉਹਨੇ ਸ਼ਾਇਦ ਉਹਨੇ ਮਿਲਾਤਾ ਹੋਵੇ ਸਬਜ਼ੀ ਦੇ ਵਿੱਚ ਜਾਂ? ਭਾਜੀ, ਮੈਂ ਨਹੀਂ ਇਹੋ ਜਿਹਾ ਕੁਛ ਕਹਿ ਸਕਦੀ, ਕਿਉਂਕਿ ਮੈਨੂੰ ਜਿੱਥੋਂ ਮੇਰਾ ਘਰ ਵਾਲਾ ਸੀ ਨਾ ਜਿਹੜਾ, ਮੈਨੂੰ ਜ਼ਿਆਦਾਤਰ ਕਿ ਉਹ ਆਪਣਾ ਆਪ ਖੁਦ ਹੀ ਇੱਦਾਂ ਕਰ ਗਿਆ, ਪਤਾ ਨਹੀਂ ਕਿਹੜੀ ਗੱਲਾਂ, ਕਿਉਂਕਿ ਉਹ ਦੁਪਹਿਰ ਜਦੋਂ ਮੈਂ ਕੋਠੇ 'ਤੇ ਗਈ ਹਾਂ ਨਾ ਥੱਲੇ ਕੰਮ ਕਰਕੇ, ਕੁੜਤਾ ਸਿਰ ਫੜ ਕੇ ਬੈਠਾ ਹੈ ਅਤੇ ਮੈਨੂੰ ਜਿਹੜਾ ਕੰਮ ਜਿੱਦਾਂ ਪਤੀ ਪਤਨੀ ਦੇ ਵਿੱਚ ਹੁੰਦੇ ਆ, ਮੈਨੂੰ ਉਹਨੇ ਉਹ ਗੱਲ ਕਹੀ, ਮੈਂ ਕਿਹਾ ਕੋਈ ਗੱਲ ਨਹੀਂ ਫਿਰ ਕੀ ਆ ਵੀ, ਜੇ ਤੁਸੀਂ ਦਿਨੇ ਤਾਂ ਦਿਨੇ ਸਹੀ। ਅਤੇ ਬਸ ਇਹ ਗੱਲ ਕਹਿ ਕੇ ਅਤੇ ਫੋਟੋਆਂ ਖਿੱਚੀਆਂ, ਤੁਸੀਂ ਫੋਨ ਚੈੱਕ ਕਰ ਸਕਦੇ ਹੋ ਸਾਡਾ ਕਿ ਉਹਦਾ ਸਟੇਟਸ ਕਿਸ ਤੋਂ ਕਿੱਦਾਂ ਦਾ ਕਿੱਦਾਂ ਦੇ ਪਾਉਂਦਾ ਰਿਹਾ, ਕਿੱਦਾਂ ਕਿੱਦਾਂ ਕੀ ਕਹਿੰਦਾ ਰਿਹਾ ਮੈਨੂੰ, ਕਿੱਦਾਂ ਕਿੱਦਾਂ ਮੇਰੇ ਨਾਲ ਪਿਆਰ ਨਾਲ ਰਹਿੰਦਾ ਰਿਹਾ, ਜਿਵੇਂ ਕਿਤੇ ਧਾਰ ਕੱਢਦੀਆਂ ਉਹਨੇ ਤਾਂ ਵੀ ਸਟੇਟਸ ਚੁੱਕਣੇ, ਤਾਂ ਵੀ ਉਹਨੇ ਫੋਟੋਆਂ ਖਿੱਚਣੀਆਂ ਮੇਰੀਆਂ, ਜੇ ਮੈਂ ਕਿਤੇ ਕੋਈ ਸਬਜ਼ੀ ਕੁਛ ਵੀ ਕਰਨ ਲਈ ਕੋਈ ਕੰਮ ਦਾ ਤਾਂ ਫੋਟੋਆਂ 'ਤੇ ਫੋਟੋਆਂ ਖਿੱਚਣੀਆਂ, ਫਿਰ ਕਹਿਣਾ ਹਾਂ ਆਹ ਤੇਰੀ ਗੱਲੀ ਨਹੀਂ ਚੰਗੀ ਆਈ ਵੀ, ਮੈਂ ਵੀ ਤੇਰੇ ਨਾਲ ਖਿੱਚਦਾ ਆਪਣੀ ਫੋਟੋ। ਕੀ ਨਾਂ ਕੀ ਤੁਹਾਡਾ? ਦਲਵਿੰਦਰ ਸਿੰਘ। ਅੱਛਾ, ਕੀ ਭਾਜੀ ਗੱਲ ਕੀ ਬਣੀ ਹੈ? ਭਾਜੀ, ਗੱਲ ਰਾਤ ਨੂੰ ਸਬਜ਼ੀ ਸੁਬਜ਼ੀ ਬਣਾਈ ਆ ਮੀਟ, ਹਾਂਜੀ, ਉਹਦੇ ਵਿੱਚ ਕੋਈ ਜ਼ਹਿਰੀਲੀ ਚੀਜ਼ ਮਿਲਾਵਟ ਹੋਈ ਆ, ਇਹ ਨਹੀਂ ਪਤਾ ਹੋਈ ਆ ਜਾਂ ਪਾਈ ਗਈ ਆ, ਇਹੀ ਤਬਦੀਲ ਹੋਣੀ ਚਾਹੀਦੀ ਆ। ਅਸੀਂ ਪ੍ਰਸ਼ਾਸਨ ਤੋਂ ਉਹ ਮੰਗ ਕਰਦੇ ਹਾਂ ਕਿ ਸਾਨੂੰ ਇਨਸਾਫ ਮਿਲਣਾ ਚਾਹੀਦਾ ਅਤੇ ਜਿਹਨੇ ਹਰਕਤ ਕੀਤੀ ਉਹਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਆ, ਇਹੋ ਸਾਡੀ ਮੰਗ ਹੈ। ਜਿਹੜੇ ਮੁੰਡੇ ਦੀ ਡੈਥ ਹੋਈ, ਕੀ ਲੱਗਦਾ ਤੁਹਾਡਾ? ਉਹ ਭਾਜੀ ਮੇਰਾ ਭਰਾ ਹੈ ਛੋਟਾ। ਕੀ ਨਾਂ? ਕੀ ਉਹਨਾਂ ਦਾ? ਗੁਰਬਾਸ ਸਿੰਘ। ਅਤੇ ਤੁਹਾਡੇ ਪਿਓ ਦੀ ਪਿਓ ਦੀ ਤੁਹਾਡੇ ਡੈਡੀ ਦੀ ਡੈਥ ਹੋਈ ਆ? ਹਾਂਜੀ, ਉਹਦੀ ਡੈਥ ਹੋਈ ਅੱਜ ਹੁਣ। ਅੱਜ ਹੀ ਡੈਥ ਹੋਈ? ਹਾਂਜੀ, ਸਵੇਰੇ ਹੋਈ। ਅਤੇ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਤੁਸੀਂ? ਅਸੀਂ ਇਹੋ ਮੰਗ ਕਰਦੇ ਵੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਅਤੇ ਜਿਹਨੇ ਮਿਲਾਵਟ ਕੀਤੀ ਆ ਉਹਨੂੰ ਸਜ਼ਾ ਮਿਲਣੀ ਚਾਹੀਦੀ ਆ, ਜੋ ਵੀ ਚੀਜ਼ ਚੀਜ਼ ਮਿਲਾਈ ਆ ਉਹ ਵੱਧ ਤੋਂ ਵੱਧ ਸਜ਼ਾ ਮਿਲਣੀ ਚਾਹੀਦੀ, ਇਨਸਾਫ ਮਿਲਣਾ ਚਾਹੀਦਾ। ਅਤੇ ਦੂਜਾ ਜਿਹੜਾ ਹਜੇ ਇੱਕ ਜਣਾ ਦਾਖਲ, ਉਹ ਵੀ ਲੱਗਦਾ ਤੁਹਾਡਾ? ਉਹ ਵੀ ਭਰਾ ਹੀ ਆ। ਉਹ ਵੀ ਭਰਾ ਹੀ ਆ? ਹਾਂਜੀ। ਕਿਹੜੇ ਹਸਪਤਾਲ? ਉਹ ਸੰਧੂ ਹਸਪਤਾਲ। ਅੱਛਾ। ਹਾਂਜੀ, ਕੀ ਨਾਂ ਜੀ ਆਪਣਾ? ਮੈਂ ਰਜਿੰਦਰ ਸਿੰਘ, ਸਾਬਕਾ ਸਰਪੰਚ ਪਿੰਡ ਸਧਰਾ। ਅਤੇ ਕੀ ਗੱਲ ਜੀ ਸਰਪੰਚ ਸਾਹਿਬ? ਇਸ ਤਰ੍ਹਾਂ ਹੈ ਕਿ ਪਰਸੋਂ 25 ਤਰੀਕ ਨੂੰ ਕਰੀਬ 3-4 ਵਜੇ ਦੇ ਕਰੀਬ ਸਾਡੇ ਸਭਰਾ ਤੋਂ ਨਾ ਜੀ ਬੇਕਾਂ ਨੇ ਦੁਬਲੀ ਰੋਡ ਦਿੱਤੇ, ਜਰਨੈਲ ਸਿੰਘ ਅਤੇ ਗੁਰਨਾਮ ਸਿੰਘ ਦੋ ਭਰਾ ਆਪਣੇ ਪਰਿਵਾਰ ਦੇ ਨਾਲ ਖੇਤੀਬਾੜੀ ਦਾ ਕੰਮ ਕਰਦੇ ਆ, ਵਧੀਆ ਮਤਲਬ ਵਧੀਆ ਪਰਿਵਾਰ ਹੈ ਜੀ। ਇਹ ਇਹਨਾਂ ਦੇ ਦੋ ਬੇਟੇ ਸੁਖਵਿੰਦਰ ਸਿੰਘ ਅਤੇ ਗੁਰਬਾਜ ਸਿੰਘ ਅਤੇ ਨਾਲ ਜਿਹੜਾ ਆਪਣਾ ਜਰਨੈਲ ਸਿੰਘ ਆ, ਇਹ ਤਿੰਨਾਂ ਨੇ ਆਪਣੇ ਘਰੇਲੂ ਬੈਠੇ ਸੀਗੇ, ਸਬਜ਼ੀ ਵਗੈਰਾ ਬਣਾਈ ਹੈ, ਸ਼ਰਾਬ ਵੀ ਮੈਨੂੰ ਪਤਾ ਲੱਗਾ ਵੀ ਪੀਤੀ ਹੈ। ਉਸ ਤੋਂ ਬਾਅਦ ਜਿਹੜਾ ਗੁਰਬਾਜ ਸਿੰਘ, ਉਹਦੀ ਹਾਲਤ ਕੁਝ ਸਮੇਂ ਦੇ ਵਿੱਚ ਹੀ ਬਹੁਤ ਜ਼ਿਆਦਾ ਖਰਾਬ ਹੋ ਗਈ। ਉਹਨਾਂ ਨੇ ਕੋਸ਼ਿਸ਼ ਕੀਤੀ ਇਹਨਾਂ ਨੂੰ ਮਤਲਬ ਕਿਸੇ ਚੰਗੇ ਡਾਕਟਰ ਕੋਲ ਦਿਖਾਉਣ ਦੀ, ਔਰ ਡਾਕਟਰ ਦੇ ਕੋਲ ਪਹੁੰਚਣ ਤੋਂ ਪਹਿਲਾਂ ਹੀ ਉਹਦੀ ਡੈਥ ਹੋ ਜਾਂਦੀ ਹੈ। ਉਸ ਤੋਂ ਬਾਅਦ ਜਿਹੜੇ ਦੂਜੇ ਦੋ ਬੰਦੇ ਨੇ ਮਤਲਬ ਉਹ ਵੀ ਕਾਫੀ ਸੀਰੀਅਸ ਹਾਲਤ ਵਿੱਚ, ਉਹਨਾਂ ਨੂੰ ਫਿਰ ਲਾਗੋਂ ਕੁਛ ਬਾਈਕਾਂ ਵਾਲੇ ਬੰਦੇ ਇਕੱਠੇ ਹੋ ਕੇ ਉਹਨਾਂ ਨੇ ਪੱਟੀ ਸੰਧੂ ਹਸਪਤਾਲ ਵਿੱਚ ਐਡਮਿਟ ਕਰਾਇਆ ਸੀਗਾ। ਉੱਥੇ ਐਡਮਿਟ ਕਰਾਉਣ ਤੋਂ ਬਾਅਦ ਜਿਹੜਾ ਜਰਨੈਲ ਸਿੰਘ ਆ, ਉਹਦੀ ਅੱਜ ਸਾਨੂੰ ਪਤਾ ਲੱਗਾ ਵੀ ਸਵੇਰੇ ਮਤਲਬ ਉਹਦੀ ਵੀ ਡੈਥ ਹੋ ਗਈ ਹੈ ਜੀ। ਸਾਡੀ ਪੁਲਿਸ ਪ੍ਰਸ਼ਾਸਨ ਤੋਂ ਹੋਰ ਉੱਚ ਅਫਸਰਾਂ ਤੋਂ ਇਹ ਮੰਗ ਕਰਦੇ ਹਾਂ ਅਸੀਂ ਵੀ ਇਸ ਚੀਜ਼ ਦੀ ਪੂਰਨ ਤੌਰ 'ਤੇ ਜਾਂਚ ਕਰਕੇ ਜਿਹੜਾ ਬੰਦਾ ਦੋਸ਼ੀ ਹੈ ਉਹਦੇ 'ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ, ਅਤੇ ਨਜਾਇਜ਼ ਕਿਸੇ 'ਤੇ ਅਸੀਂ ਨਹੀਂ ਚਾਹੁੰਦੇ ਮਤਲਬ ਵੀ ਕਿਸੇ 'ਤੇ ਵੀ ਕੋਈ ਕਾਰਵਾਈ ਹੋਵੇ,
ਇਹਦੀ ਪੂਰੀ ਬਰੀਕੀ ਨਾਲ ਜਾਂਚ ਕੀਤੀ ਜਾਵੇ। ਜਿਹੜਾ ਬੰਦਾ ਦੋਸ਼ੀ ਹੈ ਜੀ ਉਹਨੂੰ ਸਜ਼ਾ ਮਿਲਣੀ ਚਾਹੀਦੀ ਅਸੀਂ ਦੀ, ਕਿਉਂਕਿ ਇਹਨਾਂ ਨਾਲ ਬਹੁਤ ਵੱਡਾ ਇੱਕ ਭਾਣਾ ਵਾਪਰਿਆ ਜੀ। ਇਹ ਗਰੀਬ ਪਰਿਵਾਰ ਸੀਗਾ, ਜੋ ਵੀ ਇਹਦੇ ਵਿੱਚ ਜ਼ਹਿਰ ਪੋਇਜ਼ਨ ਪਾਇਆ ਜਾਂ ਨਹੀਂ ਪਾਇਆ ਇਸ ਚੀਜ਼ ਦੀ ਪੂਰੀ ਇਨਵੈਸਟੀਗੇਸ਼ਨ ਕਰਕੇ ਇਹਦਾ ਇਨਕੁਆਇਰੀ ਕਰਕੇ ਅਤੇ ਮਤਲਬ ਜੋ ਵੀ ਕਾਰਵਾਈਬੰਦੀ ਕਰਨੀ ਚਾਹੀਦੀ। ਸਾਡੀ ਪੁਲਿਸ ਪ੍ਰਸ਼ਾਸਨ ਤੋਂ, ਉੱਚ ਆਲ ਅਫਸਰਾਂ ਤੋਂ ਸਾਡੀ ਸਾਰਿਆਂ ਦੀ ਮੰਗ ਹੈ, ਸਾਰੇ ਮੇਰੇ ਨਾਲ ਸਾਥੀ ਜਿਹੜੇ ਇਹਨਾਂ ਸਾਰਿਆਂ ਦੀ ਹੋਈ ਮੰਗ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ। ਹਾਂਜੀ ਸਰ, ਇਹ ਕੀ ਇਹ ਗੱਲ ਹੋਈ ਇੱਥੇ ਜੀ ਅਗਰ ਜੀ ਐਕਸੀਡੈਂਟ ਹੋ ਜਾਂਦਾ? ਸੁਭਾਅ ਚੌਂਕੀ ਦੇ ਏਰੀਆ ਵਿੱਚ ਪਿੰਡ ਸਭਰਾ ਦੁਬਲੀ ਰੋਡ 'ਤੇ 25/1/2020 ਦੀ ਸ਼ਾਮ ਨੂੰ ਜਰਨੈਲ ਸਿੰਘ ਅਤੇ ਉਸਦੇ ਲੜਕੇ ਸੁਖਵਿੰਦਰ ਸਿੰਘ ਅਤੇ ਗੁਰਪਾਲ ਸਿੰਘ ਨੇ ਇਕੱਠਿਆਂ ਕੋਈ ਮੀਟ ਵਗੈਰਾ ਬਣਾ ਕੇ ਖਾਧਾ ਅਤੇ ਸ਼ਰਾਬ ਪੀਤੀ। ਉਸ ਦਿਨ ਸ਼ਾਮ ਨੂੰ ਇਹਨਾਂ ਦੀ ਸਿਹਤ ਖਰਾਬ ਹੋ ਗਈ ਅਤੇ ਗੁਰਪਾਲ ਸਿੰਘ ਨੂੰ ਇੱਥੇ ਸਭਰਾ ਦੇ ਪ੍ਰਾਈਵੇਟ ਹਸਪਤਾਲ ਵਿੱਚ ਲੈ ਕੇ ਆਏ ਛੋਟੇ ਡਾਕਟਰ ਦੇ ਕੋਲ, ਪਰ ਉਹਦੀ ਉੱਥੇ ਬਾਹਰ ਹੀ ਮੌਤ ਹੋ ਗਈ। ਜਿਹਦਾ ਕੱਲ ਪੋਸਟਮਾਰਟਮ ਕਰਾ ਕੇ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ ਹੈ। ਅਤੇ ਜਰਨੈਲ ਸਿੰਘ ਪੁੱਤਰ ਸੋਹਣ ਸਿੰਘ ਅਤੇ ਉਹਦਾ ਲੜਕਾ ਸੁਖਵਿੰਦਰ ਸਿੰਘ ਦੋਵੇਂ ਹੀ ਸੰਧੂ ਹਸਪਤਾਲ ਪੱਟੀ ਦਾਖਲ ਕਰਾਏ ਸੀ, ਜਿੱਥੇ ਅੱਜ ਉਹਦੀ ਸਵੇਰੇ ਡਾਕਟਰ ਸਾਹਿਬ ਨੂੰ ਫੋਨ ਆ ਕੇ ਜਰਨੈਲ ਸਿੰਘ ਦੀ ਵੀ ਮੌਤ ਹੋ ਚੁੱਕੀ ਹੈ। ਜਿਸ ਦੀ ਵੀ ਕਾਰਵਾਈ ਅੱਜ ਅਮਲ ਵਿੱਚ 174 ਸੀ ਅਤੇ ਸਿੱਧੀ ਕਰਕੇ ਲਾਸ਼ ਵਾਰਸਾਂ ਦੇ ਹਵਾਲੇ ਕੀਤੀ ਜਾਵੇਗੀ। ਅਤੇ ਤੀਜਾ ਮੁੰਡਾ ਅੰਮ੍ਰਿਤਸਰ ਜਿਹੜਾ ਦਾਖਲ ਹੋ ਗਈ, ਤੀਜਾ ਮੁੰਡਾ ਬੋਲਦਾ ਹੈ ਜੀ ਹਾਲ ਦੇ ਘੜੇ ਬਿਲਕੁਲ ਠੀਕ ਆ, ਬਾਕੀ ਜੋ ਡਾਕਟਰ ਸਾਹਿਬ ਜਿੰਨਾ ਚਿਰ ਦੱਸਣਗੇ ਉਨਾ ਚਿਰ ਹਾਲ ਦੇ ਠੀਕ ਆ। ਬਿਲਕੁਲ ਸੱਚ, ਜੋਤਿਸ਼ ਇੱਕ ਵਿਦਿਆ ਇੱਕ ਸਾਇੰਸ। ਐਸਟ੍ਰੋਲੋਜਰ ਸਰਦਾਰ ਧਰਮਿੰਦਰਜੀਤ ਸਿੰਘ ਦਾ ਸਾਰੀ ਦੁਨੀਆ ਲਈ ਖੁੱਲ੍ਹਾ ਚੈਲੰਜ। ਕੀ ਤੁਸੀਂ ਜ਼ਿੰਦਗੀ ਦੀ ਕਿਸੇ ਵੀ ਸਮੱਸਿਆ ਤੋਂ ਪਰੇਸ਼ਾਨ ਹੋ? ਕੀ ਤੁਹਾਡੇ ਵਿਆਹ ਵਿੱਚ ਹੋ ਰਹੀ ਹੈ ਦੇਰੀ? ਕੀ ਤੁਸੀਂ ਸੰਤਾਨ ਸੁੱਖ ਤੋਂ ਵਾਂਝੇ ਹੋ? ਕੀ ਤੁਹਾਨੂੰ ਤੁਹਾਡਾ ਮਨਚਾਹਿਆ ਪਿਆਰ ਨਹੀਂ ਮਿਲ ਰਿਹਾ? ਕੀ ਤੁਸੀਂ ਲਾਉਣਾ ਚਾਹੁੰਦੇ ਹੋ ਲੋਟਰੀ ਦਾ ਸਹੀ ਨੰਬਰ? ਕੀ ਤੁਹਾਨੂੰ ਨੌਕਰੀ ਨਹੀਂ ਮਿਲ ਰਹੀ? ਕੀ ਤੁਹਾਡਾ ਵੀਜ਼ਾ ਨਹੀਂ ਲੱਗ ਰਿਹਾ? ਕੀ ਤੁਸੀਂ ਵਿਦੇਸ਼ 'ਚ ਪੱਕਾ ਹੋਣਾ ਚਾਹੁੰਦੇ ਹੋ? ਧਨ ਦੀ ਕਮੀ, ਬਿਮਾਰੀ ਤੋਂ ਪਰੇਸ਼ਾਨੀ? ਘਰ ਬੈਠੇ ਬਿਠਾਏ ਹੀ ਕੀਤਾ ਜਾਵੇਗਾ ਤੁਹਾਡੀ ਸਮੱਸਿਆ ਦਾ ਸਮਾਧਾਨ ਫੀਸ ਕੰਮ ਹੋਣ ਤੋਂ ਬਾਅਦ। ਇਹਨਾਂ ਸਾਰੀਆਂ ਸਮੱਸਿਆਵਾਂ ਦੇ ਪੱਕੇ ਹੱਲ ਲਈ ਇੱਕ ਵਾਰ ਜ਼ਰੂਰ ਮਿਲੋ ਐਸਟ੍ਰੋਲੋਜਰ ਸਰਦਾਰ ਧਰਮਿੰਦਰਜੀਤ ਸਿੰਘ ਨੂੰ, ਜੋ ਕਰਦੇ ਨੇ ਮੁਫ਼ਤ ਸੇਵਾ ਮੁਫ਼ਤ ਸਮਾਧਾਨ।